ਚਾਹੇ ਉਹ ਐਜ ਮਾਡਲ ਹੈ ਚਾਹੇ ਉਹ ਨਾਰਮਲ ਮਾਡਲ ਹੈ ਪ੍ਰਕਾਰ ਦਾ ਕੋਈ ਵੀ ਬ੍ਰਾਂਡ ਹੋਏ ਉਹਦੀ ਗਲਾਸਿੰਗ ਅਸੀਂ ਪ੍ਰੋਪਰਲੀ ਸਾਡੇ ਕੋਲ ਸਾਰੀ ਅਪਡੇਟਡ ਮਸ਼ੀਨ ਹੈ ਤੁਸੀਂ ਫੋਲਡਰ ਦਾ ਇੱਕ ਚੈਲੰਜ ਕੀਤਾ ਹੈ ਕਿ ਜਿਹੜਾ ਐਸਟੀਮੇਟ ਪ੍ਰਾਈਸ ਹੈ ਇਹ ਕਸਟਮਰ ਨੂੰ ਕਿੱਦਾਂ ਪਤਾ ਲੱਗੂਗਾ ਜੀ ਅਸੀਂ ਇਹ estimatewala.com ਠੀਕ ਹੈ ਜੀ ਇਸ 'ਚ ਰਜਿਸਟਰ ਹੋਣ ਦਾ ਸਾਡਾ ਰੀਜ਼ਨ ਹੀ ਇਹੀ ਹੈ ਕਿਸੇ ਦੁਕਾਨ ਤੇ ਕਸਟਮਰ ਚਲਾ ਜਾਂਦਾ ਜੀ ਉਹਨੂੰ ਪ੍ਰਾਈਸ ਹੀ ਇੰਨਾ ਦੱਸ ਦਿੰਦਾ ਉਹ ਆਪਣੇ ਘਰ ਰੱਖ ਦਿੰਦਾ ਫੋਨ ਠੀਕ ਹੀ ਨਹੀਂ ਕਰਾਉਂਦਾ ਉਹ ਇੱਕ ਵਾਰੀ ਇਸ ਸਾਈਟ ਤੇ ਆਏਗਾ ਉੱਥੇ ਸਾਡੇ ਤੋਂ ਐਸਟੀਮੇਟ ਲਏਗਾ ਉਹਨੂੰ ਆਪਣੇ ਪਤਾ ਚੱਲ ਜਾਏਗਾ ਵੀ ਜਿਹੜੇ ਉਹਦੇ ਡੰਪ ਕੀਤੇ ਹੋਏ ਫੋਨ ਨੇ ਨਾ ਉਹ ਵੀ ਅਰੇ ਹੋ ਜਾਣ ਵੀ ਸਾਡਾ ਕਸਟਮਰ ਸੈਟੀਸਫਾਈ ਹੋਵੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੁਰਿੰਦਰ ਸਿੰਘ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਐਸਟੀਮੇਟ ਵਾਲੀ ਟੀਮ ਵੱਲੋਂ ਅਤੇ ਅੱਜ ਅਸੀਂ ਪਹੁੰਚੇ ਹਾਂ ਪਟਿਆਲਾ ਅਤੇ ਸ਼ੋਪ ਦਾ ਨਾਮ ਹੈ ਆਕਾਸਾਕੀ ਟੈਲੀਕੋਮ ਜੋ ਕਿ ਲੀਲਾ ਭਵਨ ਦੇ ਵਿੱਚ ਮੌਜੂਦ ਹੈ ਜੋ ਆਪਣੇ ਕੰਮ ਦੇ ਵਿੱਚ ਮਹਾਰਤ ਹਾਸਿਲ ਕਰ ਚੁੱਕੇ ਨੇ ਜੋ ਕਿ ਬਹੁਤ ਹੀ ਮਸ਼ਹੂਰ ਨੇ ਆਪਣੇ ਏਰੀਏ ਦੇ ਵਿੱਚ ਗਲਾਸਿੰਗ ਦੇ ਵਿੱਚ ਐਜ ਦੇ ਵਿੱਚ ਅਤੇ ਪਲੱਸ ਫੋਲਡਰ ਚੇਂਜ ਦੇ ਵਿੱਚ ਅੱਜ ਅਸੀਂ ਇਹੀ ਚੀਜ਼ ਨੂੰ ਵੈਰੀਫਾਈ ਕਰਨ ਪਹੁੰਚੇ ਹਾਂ ਅਤੇ ਦੇਖਾਂਗੇ ਇਹਨਾਂ ਕੋਲ ਕਿਹੜੇ ਕਿਹੜੇ ਟੂਲਸ ਐਂਡ ਟੈਕਨੋਲੋਜੀਸ ਅਵੇਲੇਬਲ ਨੇ ਪਲੱਸ ਇਹਨਾਂ ਕੋਲ ਕਿੰਨਾ ਸਟਾਕ ਹੈ ਅਤੇ ਕਿੱਦਾਂ ਆਪਣੇ ਇਸ ਕਸਟਮਰ ਨੂੰ ਇਹ ਸੈਟੀਸਫਾਈ ਕਰਦੇ ਹਾਂ ਗੱਲਬਾਤ ਕਰਦੇ ਹਾਂ ਅਤੇ ਤੁਹਾਨੂੰ ਦਿਖਾਉਂਦੇ ਹਾਂ ਸਤਿ ਸ਼੍ਰੀ ਅਕਾਲ ਜੀ ਕਵਲ ਜੀ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਐਸਟੀਮੇਟ ਵਾਲੀ ਟੀਮ ਵੱਲੋਂ ਬਿਲਕੁਲ ਜੀ ਅਤੇ ਅਸੀਂ ਜੋ ਤੁਹਾਡੇ ਬਾਰੇ ਸੁਣਿਆ ਤੁਸੀਂ ਐਜ ਗਲਾਸਿੰਗ ਦੇ ਵਿੱਚ ਐਕਸਪਰਟ ਹੋ ਪਲੱਸ ਤੁਸੀਂ ਫੋਲਡਰ ਚੇਂਜ ਦੇ ਵਿੱਚ ਬਹੁਤ ਐਕਸਪਰਟ ਹੋ ਤੁਹਾਡਾ ਬਹੁਤ ਨਾਮ ਸੁਣਿਆ ਇਸੇ ਚੀਜ਼ ਨੂੰ ਅਸੀਂ ਵੈਰੀਫਾਈ ਕਰਨ ਲਈ ਤੁਹਾਡੇ ਕੋਲ ਪਹੁੰਚੇ ਹਾਂ ਅਤੇ ਪਲੱਸ ਅਸੀਂ ਤੁਹਾਡੇ ਥੋੜ੍ਹੀ ਬਹੁਤ ਜਾਣਕਾਰੀ ਵੀ ਲਵਾਂਗੇ ਪਲੱਸ ਤੁਹਾਡਾ ਇਹ ਵੀ ਦੇਖਾਂਗੇ ਤੁਹਾਡੀ ਟੂਲਸ ਐਂਡ ਟੈਕਨੋਲੋਜੀ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਬਿਲਕੁਲ ਆਓ ਫਿਰ ਤੁਹਾਨੂੰ ਇੱਥੇ ਆਪਣੀ ਲੈਬ 'ਚ ਲੈ ਚੱਲੀਏ ਜੀ ਸਰ ਚਲੋ ਇਹ ਸਾਡਾ ਟੂਲਸ ਨੇ ਜਿਨ੍ਹਾਂ ਤੋਂ ਤੁਹਾਨੂੰ ਸਟਾਰਟਿੰਗ ਕਰ ਰਿਹਾ ਟੂਲਸ ਤੋਂ ਠੀਕ ਹੈ ਭਾਜੀ ਸਾਡਾ ਮੇਨ ਕੰਮ ਹੈ ਗਲਾਸਿੰਗ ਓਕੇ ਮਤਲਬ ਆਲ ਟਾਈਪ ਆਫ ਗਲਾਸਿੰਗ ਚਾਹੇ ਉਹ ਐਜ ਮਾਡਲ ਹੈ ਚਾਹੇ ਉਹ ਨਾਰਮਲ ਮਾਡਲ ਹੈ ਚਾਹੇ ਵੀਵੋ ਓਪੋ ਕੋਈ ਵੀ ਹੈ ਕੋਈ ਵੀ ਕਿਸੇ ਪ੍ਰਕਾਰ ਦਾ ਕੋਈ ਵੀ ਬ੍ਰਾਂਡ ਹੋਏ ਉਹਦੀ ਗਲਾਸਿੰਗ ਅਸੀਂ ਪ੍ਰੋਪਰਲੀ ਸਾਡੇ ਕੋਲ ਸਾਰੀਆਂ ਅਪਡੇਟਡ ਮਸ਼ੀਨਾਂ ਨੇ ਸਾਰੀਆਂ ਅੱਛਾ ਜੀ ਇਹ ਕੁਛ ਮਸ਼ੀਨਾਂ ਨੇ ਜਿਹਦੇ ਬਾਰੇ ਤੁਹਾਨੂੰ ਮੈਂ ਐਵੇਂ ਤਾਂ ਨਹੀਂ ਦੱਸ ਪਾਵਾਂਗਾ ਵੀ ਕੀ ਕੰਮ ਕਰਦੀਆਂ ਨੇ ਪਰ ਇਹ ਉਹ ਮਸ਼ੀਨਾਂ ਨੇ ਜਿਹੜੀਆਂ ਇਸ ਟਾਈਮ ਦੇ ਉੱਤੇ ਲੇਟੈਸਟ ਨੇ ਬਿਲਕੁਲ ਮਤਲਬ ਜਿਹੜੀ ਅਪਡੇਟਡ ਟੈਕਨੋਲੋਜੀ ਆਉਂਦੀ ਹੈ ਉਹ ਤੁਹਾਡੇ ਕੋਲ ਅਵੇਲੇਬਲ ਹਾਂ ਉਹ ਮੇਰੇ ਕੋਲ ਅਵੇਲੇਬਲ ਹੈ ਕਿਉਂਕਿ ਇਹਦੇ ਵਾਸਤੇ ਅਗਰ ਮੈਂ ਤੁਹਾਨੂੰ ਦੱਸਣ ਲੱਗਾ ਨਾ ਵੀ ਇਹ ਕੀ ਕੰਮ ਕਰਦੇ ਤਾਂ ਬਹੁਤ ਲੰਬੀ ਵੀਡੀਓ ਚਲੀ ਜਾਏਗੀ ਬਿਲਕੁਲ ਬਿਲਕੁਲ ਇਹ ਸਾਡੀਆਂ ਇਹ ਬਾਕੀ ਦੇ ਟੂਲਸ ਨੇ ਇਹ ਮਸ਼ੀਨਾਂ ਨੇ ਉਸ ਤੋਂ ਇਲਾਵਾ ਸਾਡੇ ਕੋਲ ਇੱਕ ਸਪੈਸ਼ਲ ਐਜ ਮਾਡਲ ਵਾਸਤੇ ਮਸ਼ੀਨ ਹੈ ਇਹ ਫ੍ਰਿਜ ਟਾਈਪ ਲੱਗ ਰਿਹਾ ਜੀ ਮੈਨੂੰ ਹਾਂਜੀ ਹੈ ਤਾਂ ਜਸਟ ਲਾਈਕ ਫ੍ਰਿਜ ਹੀ ਹੈ ਓਕੇ ਪਰ ਇਸ ਦਾ ਮੇਨ ਕੰਮ ਐਜ ਜਿਹੜੇ ਐਜ ਮਾਡਲ ਅੱਜ ਕੱਲ੍ਹ ਆਉਂਦੇ ਨੇ ਹੋ ਗਏ S8 S9 ਜਾਂ ਕੋਈ ਵੀ ਸੈਮਸੰਗ ਦੇ ਐਜ ਮਾਡਲ ਨੇ ਉਹਨਾਂ ਦੀ ਗਲਾਸਿੰਗ ਵਾਸਤੇ ਬਹੁਤ ਯੂਜ਼ਫੁਲ ਹੈ ਮਤਲਬ ਲੇਟੈਸਟ ਇਹੀ ਹੈ ਇਸ ਤੋਂ ਬਾਅਦ ਤਾਂ ਓਕੇ ਐਜ ਮਾਡਲ ਦਾ ਕੰਮ ਹੋਣਾ ਮੁਸ਼ਕਿਲ ਹੀ ਹੋ ਜਾਂਦਾ ਮਤਲਬ ਐਜ ਮਾਡਲ ਦਾ ਕੋਈ ਵੀ ਜਿਹੜਾ ਚੇਂਜ ਹੋਣਾ ਹੈ ਗਲਾਸ ਵਗੈਰਾ ਉਹ ਫ੍ਰੀਜ਼ਰ ਟਾਈਪ ਫ੍ਰੀਜ਼ਰ ਟਾਈਪ ਹਾਂ ਠੀਕ ਹੈ ਇਹ ਗਲਾਸ ਚੇਂਜ ਵਾਲੀ ਇਹ ਗਲਾਸ ਚੇਂਜ ਵਾਲੀ ਮਸ਼ੀਨ ਹੈ ਜੀ ਠੀਕ ਹੈ ਇਹ ਵੀ ਅਪਡੇਟਡ ਹੀ ਲੱਗ ਰਿਹਾ ਇਹ ਹੈ ਹੀ ਅਪਡੇਟਡ ਹੈ ਕਿਉਂਕਿ ਜੇ ਅਪਡੇਟਡ ਨਹੀਂ ਕਰਾਂਗੇ ਨਾ ਤੇ ਮੁੜ ਕੇ ਉਹ ਜਿਹੜੇ ਐਜ ਮਾਡਲ ਨੇ ਉਹਦੇ ਵਿੱਚ ਕੋਈ ਨਾ ਕੋਈ ਬਬਲਸ ਆ ਜਾਂਦੇ ਨੇ ਬਿਲਕੁਲ 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 ਤੇ ਉਹ ਆਪਣਾ ਇੱਥੇ ਦੇਖੋ ਤੁਹਾਨੂੰ ਦਿਖਾਉਂਦੇ ਆ ਫੋਲਡਰ ਚੇਂਜ ਹੋ ਰਹੇ ਅੱਛਾ ਜਿਵੇਂ ਆਪਣੇ ਕੋਲ ਫੋਲਡਰ ਚੇਂਜ ਤੁਸੀਂ ਜਿਵੇਂ ਮੰਨੇ ਜਾਂਦੇ ਕਿ ਤੁਸੀਂ ਐਕਸਪਰਟ ਹੋ ਹਾਂਜੀ ਉਹ ਸਾਰਾ ਕੰਮ ਇੱਥੇ ਹੁੰਦਾ ਹੈ ਨਾ ਜੀ ਉਹ ਸਾਰਾ ਕੰਮ ਇੱਥੇ ਹੁੰਦਾ ਹੈ ਅਸੀਂ ਸ਼ੋਰਟੀ ਦਿੰਦੇ ਹਾਂ ਕਸਟਮਰ ਨੂੰ ਅਸੀਂ ਅੱਧੇ ਘੰਟੇ ਤੋਂ ਲੈ ਕੇ ਡੇਢ ਘੰਟੇ ਦੇ ਵਿੱਚ ਉਸ ਦਾ ਸੈੱਟ ਠੀਕ ਕਰਕੇ ਭੇਜਾਂਗੇ ਉਹਨੂੰ ਮਤਲਬ ਜਿਹੜਾ ਫੋਲਡਰ ਚੇਂਜ ਦਾ ਪ੍ਰੋਸੈਸ ਹੈ ਕੋਈ ਵੀ ਮੋਬਾਈਲ ਹੈ ਕੋਈ ਵੀ ਬ੍ਰਾਂਡ ਹੈ ਤੁਸੀਂ 99% ਅਸੀਂ ਅੱਧੇ ਘੰਟੇ ਤੋਂ ਡੇਢ ਘੰਟੇ ਦਾ ਟਾਈਮ ਲੈਂਦੇ ਹਾਂ ਕਸਟਮਰ ਤੋਂ ਓਕੇ ਅੱਧੇ ਘੰਟੇ ਤੋਂ ਡੇਢ ਘੰਟੇ ਦੇ ਵਿੱਚ ਕੋਈ ਵੀ ਮੋਬਾਈਲ ਹੈ ਚਾਹੇ ਓਪੋ ਵੀਵੋ ਸੈਮਸੰਗ ਜੋ ਵੀ ਕੋਈ ਫੋਲਟ ਹੈ ਉਹਦਾ ਕੋਈ ਫੋਲਡਰ ਪਾਣਾ ਹੈ ਜਾਂ ਕੋਈ ਗਲਾਸ ਟੁੱਟ ਗਿਆ ਜਾਂ ਕੁਝ ਵੀ ਹੈ ਉਹ ਅੱਧੇ ਘੰਟੇ ਤੋਂ ਡੇਢ ਘੰਟੇ ਦੇ ਵਿੱਚ ਕਰਕੇ ਦਾਂਗੇ ਜਿਵੇਂ ਕਿ ਅਸੀਂ ਸੁਣਿਆ ਸੀਗਾ ਤੁਸੀਂ ਫੋਲਡਰ ਦੇ ਐਕਸਪਰਟ ਹੋ ਹਾਂਜੀ ਹਾਂ ਪੂਰੇ ਸਟਾਕ ਮੈਕਸਿਮਮ ਸਟਾਕ ਜਿਹੜਾ ਆਪਣੇ ਕੋਲ ਹੁੰਦਾ ਉਸ ਚੀਜ਼ ਦਾ ਸਟਾਕ ਸਾਰਾ ਆਲਮੋਸਟ ਹੁੰਦਾ ਜੀ ਠੀਕ ਹੈ ਜੇ ਕੋਈ 0.1% ਨਹੀਂ ਹੁੰਦਾ ਤੇ ਉਹ ਕਸਟਮਰ ਨੂੰ ਇੱਕ ਦਿਨ ਦਾ ਟਾਈਮ ਦੇ ਲੈਣੇ ਆ ਵੈਸੇ 100% ਕਿ 99% ਸਾਡੇ ਕੋਲ ਸਟਾਕ ਅਵੇਲੇਬਲ ਹੁੰਦਾ ਹੈ ਓਕੇ ਮਤਲਬ ਪਟਿਆਲਾ ਦੇ ਵਿੱਚ ਤੁਹਾਡੇ ਕੋਲੇ ਇਹ ਚੀਜ਼ ਦੇ ਤੁਸੀਂ ਐਕਸਪਰਟ ਹੋ ਜਿੱਦਾਂ ਅਸੀਂ ਸੁਣਿਆ ਸੀ ਉਹ ਬਿਲਕੁਲ ਸਹੀ ਅਸੀਂ ਦੋ ਚੀਜ਼ਾਂ 'ਚ ਐਕਸਪਰਟ ਹਾਂ ਜੀ ਇੱਕ ਤਾਂ ਤੁਹਾਨੂੰ ਰੇਟ ਮਿਲਣਗੇ ਓਕੇ ਬੈਸਟ ਓਕੇ ਬਹੁਤ ਬੈਸਟ ਜੀ ਮਾਰਕੀਟ ਦੇ ਵਿੱਚ ਅਸੀਂ ਚੈਲੰਜ ਕਰ ਸਕਦੇ ਹਾਂ ਵੀ ਜੇ ਅਸੀਂ ਕੋਈ ਰੇਟ ਦਿੰਦੇ ਹਾਂ ਤਾਂ ਅਸੀਂ ਨਾਲ ਕਸਟਮਰ ਨੂੰ ਨਾਲ ਕਹਿ ਕੇ ਚੱਲਦੇ ਹਾਂ ਵੀ ਸਾਡੇ ਰੇਟ ਦੇ ਨਾਲ ਕੰਪੈਰੀਜ਼ਨ ਕਰ ਲੈ ਮਾਰਕੀਟ 'ਚ ਮਰਜ਼ੀ ਕੰਪੈਰੀਜ਼ਨ ਕਰ ਤੁਸੀਂ ਮਿਨੀਮਮ ਪ੍ਰਾਈਸ ਦੇ ਦੇਣਾ ਹਾਂ ਮਿਨੀਮਮ ਪ੍ਰਾਈਸ ਦੇ ਵਿੱਚ ਮਿਲਣਗੇ ਰੇਟ ਅੱਛੇ ਬਹੁਤ ਬੈਨੀਫੀਸ਼ੀਅਲ ਹੋਊਗੀ ਹਾਂਜੀ ਹਾਂ ਬਿਲਕੁਲ ਬਿਲਕੁਲ ਤੇ ਅਸੀਂ ਕੁਝ ਇਸ ਤੋਂ ਇਲਾਵਾ ਤੁਹਾਡੀ ਬਿਜ਼ਨਸ ਦੀ ਇੱਕ ਐਕਸਪੀਰੀਅੰਸ ਬਾਰੇ ਥੋੜੀ ਗੱਲਬਾਤ ਕਰਨਾ ਚਾਹਾਂਗੇ ਹਾਂਜੀ ਹਾਂ ਜਰੂਰ ਜਰੂਰ ਉਹ ਅੱਗੇ ਕੰਟੀਨਿਊ ਜਰੂਰ ਜਰੂਰ ਓਕੇ ਕਵਲਜੀਤ ਸਿੰਘ ਜੀ ਅਸੀਂ ਜਿਵੇਂ ਤੁਹਾਡੀ ਟੂਲਸ ਐਂਡ ਟੈਕਨੋਲੋਜੀਜ਼ ਤਾਂ ਦੇਖ ਲਈਆਂ ਨੇ ਜੀ ਤੇ ਅਸੀਂ ਤੁਹਾਡੇ ਤੋਂ ਇੱਕ ਬਿਜ਼ਨਸ ਐਕਸਪੀਰੀਅੰਸ ਬਾਰੇ ਪੁੱਛਣਾ ਚਾਹੁੰਦੇ ਕਿ ਇਸ ਲਾਈਨ ਦੇ ਵਿੱਚ ਤੁਹਾਨੂੰ ਕਿੰਨੇ ਸਾਲ ਹੋ ਗਏ ਨੇ
ਮੈਨੂੰ 18-19 ਸਾਲ ਹੋ ਗਏ ਇਸ ਲਾਈਨ ਦੇ ਵਿੱਚ ਜਦੋਂ ਆਲਮੋਸਟ ਇਹ ਲਾਈਨ ਸਟਾਰਟ ਹੀ ਹੋਈ ਸੀ ਉਸ ਟਾਈਮ ਦੇ ਉੱਤੇ ਅਸੀਂ ਇਹ ਲਾਈਨ ਆ ਗਏ ਸੀ ਬਹੁਤ ਜ਼ਿਆਦਾ ਅਪਡੇਟ ਹੋ ਗਿਆ ਹੁਣ ਉਦੋਂ ਦੀ ਟੈਕਨੋਲੋਜੀ ਤੇ ਉਦੋਂ ਦੀ ਟੈਕਨੋਲੋਜੀ ਤੇ ਹੁਣ ਦੀ ਟੈਕਨੋਲੋਜੀ ਦਾ ਦੇਖੋ ਫਰਕ ਬਹੁਤ ਜ਼ਿਆਦਾ ਹੀ ਹੈ ਜੀ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਉਸ ਟਾਈਮ ਇੰਨੀ ਰਿਪੇਅਰ ਹੀ ਨਹੀਂ ਸੀ ਜਿੰਨੀ ਰਿਪੇਅਰ ਹੁਣ ਆਪਾਂ ਤੁਹਾਨੂੰ ਦਿਖਾ ਦਿੱਤੀ ਇਸ ਤੋਂ ਪਹਿਲਾਂ ਟੂਲਸ ਦਿਖਾਤੇ ਹਾਂ ਜੀ ਜੀ ਇਹਨੇ ਤਾਂ ਐਜ ਮਾਡਲ ਹੀ ਨਹੀਂ ਆਉਂਦੇ ਸੀ ਜਾਂ ਨਾਰਮਲ ਮਾਡਲ ਵੀ ਨਹੀਂ ਆਉਂਦੇ ਸੀ ਇੰਨੇ ਪਹਿਲਾਂ ਕੀਪੈਡ ਵਾਲੇ ਫੋਨ ਹੁੰਦੇ ਸੀ ਹੁਣ ਟੱਚ ਵਾਲੇ ਫੋਨ ਆਉਣੇ ਸ਼ੁਰੂ ਹੋ ਗਏ ਸੈਂਸਰ ਬੇਸ ਹੋ ਗਿਆ ਸਾਰਾ ਸੈਂਸਰ ਬੇਸ ਹੋ ਗਿਆ ਸਾਰਾ ਬਿਲਕੁਲ ਠੀਕ ਹੈ ਮਤਲਬ ਅਸੀਂ ਜਿਵੇਂ ਦੇਖਿਆ ਤੁਹਾਡੇ ਕੋਲ ਸਾਰਾ ਕੁਝ ਅਪਡੇਟਡ ਹੀ ਹੁੰਦਾ ਹਾਂਜੀ ਇਹ ਤਾਂ ਅਪਡੇਟਡ ਹੈ ਜੀ ਬਿਲਕੁਲ ਹੁਣ ਮੈਂ ਇੱਕ ਸਵਾਲ ਕਰਨਾ ਚਾਹੁੰਦਾ ਤੁਹਾਡੇ ਕੋਲ ਜਿਵੇਂ ਤੁਸੀਂ ਫੋਲਡਰ ਦਾ ਇੱਕ ਚੈਲੰਜ ਕੀਤਾ ਹੈ ਕਿ ਜਿਹੜਾ ਐਸਟੀਮੇਟ ਪ੍ਰਾਈਸ ਹੈ ਇਹ ਕਸਟਮਰ ਨੂੰ ਕਿੱਦਾਂ ਪਤਾ ਲੱਗੂਗਾ ਜੀ ਸਰ ਮੈਂ ਤੁਹਾਨੂੰ ਦੱਸਾਂ ਨਾ ਵੀ ਅਸੀਂ ਇਹ estimatewala.com ਠੀਕ ਹੈ ਜੀ ਇਸ 'ਚ ਰਜਿਸਟਰ ਹੋਣ ਦਾ ਸਾਡਾ ਰੀਜ਼ਨ ਹੀ ਇਹੀ ਹੈ ਵੀ ਸਾਡਾ ਕਸਟਮਰ ਸੈਟੀਸਫਾਈ ਹੋਵੇ ਜੇ ਕਸਟਮਰ ਨੂੰ ਜਿਵੇਂ ਕੋਈ ਦੁਕਾਨ ਕਿਸੇ ਦੁਕਾਨ ਤੇ ਕਸਟਮਰ ਚਲਾ ਜਾਂਦਾ ਜੀ ਉਹਨੂੰ ਪ੍ਰਾਈਸ ਹੀ ਇੰਨਾ ਦੱਸ ਦਿੰਦਾ ਉਹ ਆਪਣੇ ਘਰ ਰੱਖ ਦਿੰਦਾ ਫੋਨ ਆਪਣੇ ਬਿਲਕੁਲ ਠੀਕ ਠੀਕ ਹੀ ਨਹੀਂ ਕਰਾਉਂਦਾ ਬਿਲਕੁਲ ਠੀਕ ਹੈ ਉਹ ਇੱਕ ਵਾਰੀ ਇਸ ਸਾਈਟ ਤੇ ਆਏਗਾ ਉੱਥੇ ਸਾਡੇ ਤੋਂ ਐਸਟੀਮੇਟ ਲਏਗਾ ਉਹਨੂੰ ਆਪਣੇ ਪਤਾ ਚੱਲ ਜਾਏਗਾ ਵੀ ਜਿਹੜੇ ਉਹਦੇ ਡੰਪ ਕੀਤੇ ਹੋਏ ਫੋਨ ਨੇ ਨਾ ਉਹ ਵੀ ਅਰੇ ਹੋ ਜਾਣਗੇ ਬਿਲਕੁਲ ਬਿਲਕੁਲ ਉਹਨਾਂ ਨੂੰ ਘਰ ਬੈਠੇ ਮਤਲਬ ਉਹਨਾਂ ਨੂੰ ਕਿਸੇ ਦਾ ਪ੍ਰਾਈਸ 2000-2500 ਮਤਲਬ ਗਲਾਸਿੰਗ ਦਾ ਪ੍ਰਾਈਸ ਮਾਰਕੀਟ 'ਚ 1800-2000-2500 ਹੁੰਦਾ ਮੈਂ ਉਹ ਵਾਲਾ ਪ੍ਰਾਈਸ ਦਾਂਗਾ ਵੀ ਕਸਟਮਰ ਨੂੰ ਲੱਗੇਗਾ ਵੀ ਜਿਹੜਾ ਘਰ ਰੱਖਿਆ ਹੋਇਆ ਫੋਨ ਆ ਉਹਨੂੰ ਵੀ ਠੀਕ ਕਰਾ ਕੇ ਰੱਖਿਆ ਜਾਵੇ ਮਤਲਬ ਤੁਹਾਡੀ ਸ਼ੌਪ ਦੇ ਉੱਤੇ ਜਿਹੜਾ ਐਸਟੀਮੇਟ ਵਾਲੇ ਜਿਹੜਾ ਪ੍ਰਾਈਸ ਹੈ ਸਾਈਟ ਦੇ ਉੱਤੇ ਉਹ ਐਗਜ਼ੈਕਟ ਹੋਊਗਾ ਜਾਂ ਉੱਪਰ ਥੱਲੇ ਵੀ ਹੋ ਸਕਦਾ ਸਰ ਇਦਾਂ ਹੁੰਦਾ ਇੱਕ ਤਾਂ ਇਹ ਮਾਰਕੀਟ ਤੁਹਾਨੂੰ ਪਤਾ ਥੋੜੀ ਫਲਕਚੁਏਸ਼ਨ ਵਾਲੀ ਮਾਰਕੀਟ ਹੈ ਬਿਲਕੁਲ ਜ਼ਿਆਦਾ ਲੰਬਾ ਚੌੜਾ ਫਰਕ ਨਹੀਂ ਹੋਏਗਾ ਜੇ ਮੈਂ ਸਪੋਜ਼ ਕਰ ਲਓ ਕਿਸੇ ਚੀਜ਼ ਦਾ ਰੇਟ 700 ਪਾਇਆ ਜਾਂ 800 ਪਾਇਆ ਜੀ ਉਹ 100-150 ਉੱਪਰ ਨੀਚੇ ਮੈਕਸਿਮਮ ਮਤਲਬ ਇਸ ਤੋਂ ਜ਼ਿਆਦਾ ਨਹੀਂ ਮੈਂ ਐਵੇਂ ਨਹੀਂ ਹੋਏਗਾ ਵੀ ਮੈਂ ਕਿਸੇ ਚੀਜ਼ ਦਾ ਰੇਟ ਉਹਦੇ 'ਚ 800 ਪਾਇਆ ਤੇ ਉਹ 1800 ਹੋ ਜਾਏਗਾ ਇਦਾਂ ਨਹੀਂ ਹੋਏਗਾ ਸਾਡਾ ਜਿਹੜਾ ਉਹ ਐਸਟੀਮੇਟ ਕਸਟਮਰ ਲਏਗਾ ਉਹਦੇ 'ਚ ਲਿਟਲ ਬਿਟ ਡਿਫਰੈਂਸ ਹੋ ਸਕਦਾ ਵੀ ਉਹ ਤਾਂ ਹੀ ਉਹਦਾ ਨਾਮ ਹੀ ਐਸਟੀਮੇਟ ਰੱਖਿਆ ਗਿਆ ਬਿਲਕੁਲ ਠੀਕ ਹੈ ਐਸਟੀਮੇਟ ਵਾਲੇ ਬਿਲਕੁਲ ਐਸਟੀਮੇਟ ਹਾਂਜੀ ਬਿਲਕੁਲ ਬਿਲਕੁਲ ਪ੍ਰਾਈਸਿਸ ਨੇ ਉਹ ਨੇੜੇ ਤੇੜੇ ਹੋਣਗੇ ਹਾਂ ਵੀ ਕਸਟਮਰ ਨੂੰ ਕਿਸੇ ਮੇਰੇ ਕੋਲ ਆਉਣ ਤੋਂ ਪਹਿਲਾਂ ਉਹਨੂੰ ਪਤਾ ਹੋਵੇ ਵੀ ਉਹ ਜਿਹੜੀ ਚੀਜ਼ ਠੀਕ ਕਰਾਉਣ ਜਾ ਰਿਹਾ ਉਹਦਾ ਐਸਟੀਮੇਟ ਆਲਮੋਸਟ ਕੀ ਹੈ ਮਤਲਬ ਸੇਮ ਕਸਟਮਰ ਨੂੰ ਇਸ ਚੀਜ਼ ਦਾ ਫਾਇਦਾ ਹੀ ਹੋਊਗਾ ਇਸ ਚੀਜ਼ ਦਾ ਫਾਇਦਾ ਹੀ ਹੋਏਗਾ ਉਹ ਜੋ ਮਾਰਕੀਟ ਜਾਏਗਾ ਵੈਸੇ ਉਸਨੂੰ ਰੇਟ ਤੋਂ ਪਤਾ ਚੱਲ ਜਾਏਗਾ ਵੀ ਮਾਰਕੀਟ ਰੇਟ ਦੇ 'ਚ ਜਾਂ ਜਿਹੜਾ ਅਸੀਂ ਉੱਥੇ ਰੇਟ ਦਾਂਗੇ ਐਸਟੀਮੇਟ ਦੇ ਵਿੱਚ ਉਹਦੇ 'ਚ ਡਿਫਰੈਂਸ ਕਿੰਨਾ ਬਿਲਕੁਲ ਠੀਕ ਹੈ ਮਤਲਬ ਉਹਨਾਂ ਨੂੰ ਕਿਤੇ ਜ਼ਿਆਦਾ ਇੱਧਰ ਉੱਧਰ ਘੁੰਮਣ ਦੀ ਬਿਲਕੁਲ ਨਹੀਂ ਬਿਲਕੁਲ ਬਿਲਕੁਲ ਨਹੀਂ ਠੀਕ ਹੈ ਜੀ ਠੀਕ ਹੈ ਤੇ ਬਹੁਤ ਵਧੀਆ ਲੱਗਿਆ ਕਵਲ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਡੀ ਟੈਕਨੋਲੋਜੀਜ਼ ਦੇਖ ਕੇ ਥੈਂਕ ਯੂ ਜੇ ਤੁਸੀਂ ਵੀ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਆਪਣੀ ਮੋਬਾਈਲ ਸ਼ੋਪ ਨੂੰ ਲੇਟੈਸਟ ਟੈਕਨੋਲੋਜੀ ਤੇ ਟੂਲਸ ਨੂੰ ਜੇ ਤੁਹਾਡੇ ਕੋਲ ਅਵੇਲੇਬਲ ਨੇ ਜੇ ਤੁਸੀਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਵੈਰੀਫਾਈਡ ਹੋਣਾ ਚਾਹੁੰਦੇ ਹੋ ਤੇ ਆਪਣੀ ਮੋਬਾਈਲ ਸ਼ੋਪ ਨੂੰ ਰਜਿਸਟਰ ਕਰਾਓ estimatewale.com ਤੇ ਜੋ ਮੋਬਾਈਲ ਯੂਜ਼ਰ ਨੇ ਘਰ ਬੈਠੇ ਆਪਣੇ ਮੋਬਾਈਲ ਦਾ ਸੋਲੂਸ਼ਨ ਜਾਣਨਾ ਚਾਹੁੰਦੇ ਨੇ ਇੱਕ ਐਪਲੀਕੇਸ਼ਨ ਆ ਐਸਟੀਮੇਟ ਵਾਲੇ ਪਲੇ ਸਟੋਰ ਦੇ ਉੱਤੇ ਅਵੇਲੇਬਲ ਹੈ ਤੁਸੀਂ ਆਪਣੇ ਮੋਬਾਈਲ ਦੀ ਜਿਹੜਾ ਪ੍ਰੋਬਲਮ ਹੈ ਉਹਦੇ ਸੋਲੂਸ਼ਨ ਜਾਣਨਾ ਚਾਹੁੰਦੇ ਹੋ ਤਾਂ ਉਹਦੇ ਉੱਤੇ ਘਰ ਬੈਠੇ ਐਸਟੀਮੇਟ ਆ ਜਾਏਗਾ ਤੇ ਤੁਸੀਂ ਜੁੜੇ ਰਹੋ ਥੈਂਕ ਯੂ ਸੋ ਮਚ ਥੈਂਕ ਯੂ ਜੀ